ਸ਼ਹਿਰ ਦੇ ਮੇਨ ਚੌਂਕ ਤੇ ਨੁਕਸਾਨੀਆਂ ਖੜੀਆਂ ਇਹ ਕਾਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਇੱਥੇ ਭਿਆਨਕ ਸੜਕੀ ਹਾਦਸਾ ਹੋਇਆ। ਦੱਸ ਦਈਏ ਕਿ ਤੇਜ਼ ਰਫ਼ਤਾਰ ਸਕਾਰਪੀਓ ਦਾ ਕਹਿਰ ਨਜ਼ਰ ਆਇਆ ਜਿਸ ਨੇ ਅੱਗੇ ਜਾ ਰਹੀਆਂ 3 ਕਾਰਾਂ ਠੋਕ ਦਿੱਤੀਆਂ। ਬੁਰੇ ਤਰੀਕੇ ਦੇ ਨਾਲ ਕਾਰਾਂ ਨੁਕਸਾਨੀਆਂ ਗਈਆਂ ਨੇ। ਗਣੀ ਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ 3 ਜਾਣੇ ਗੰਭੀਰ ਜ਼ਖਮੀ ਹੋਏ ਨੇ। ਮੋਗਾ ਦੇ ਬੁੱਗੀਪਰਾ ਚੌਂਕ ਦੇ ਵਿੱਚ ਇਹ ਸੜਕੀ ਹਾਦਸਾ ਹੋਇਆ। ਦੱਸਿਆ ਜਾ ਰਿਹਾ ਕਿ ਸਕਾਰਪੀਓ ਵਾਲੇ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਦੇ ਚੱਲਦੇ ਉਸਨੇ ਅੱਗੇ ਜਾ ਰਹੀ I-20 ਕਾਰ ਦੇ ਵਿੱਚ ਟੱਕਰ ਮਾਰੀ, ਫਿਰ ਅੱਗੇ ਜਾ ਕੇ 2 ਕਾਰਾਂ ਹੋਰ ਨੁਕਸਾਨੀਆਂ ਗਈਆਂ ਤਾਂ 3 ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਸਕਾਰਪੀਓ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਇਹਨਾਂ ਨੁਕਸਾਨੀਆਂ ਗੱਡੀਆਂ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਔਰ ਸਕਾਰਪੀਓ ਵਾਲੇ ਦੀ ਭਾਲ ਸ਼ੁਰੂ ਕੀਤੀ ਗਈ। ਮੋਗਾ ਦੇ ਬੁੱਗੀਪੁਰਾ ਚੌਂਕ ਦੀਆਂ ਇਹ ਤਸਵੀਰਾਂ ਨੇ ਜਿੱਥੇ ਭਿਆਨਕ ਸੜਕੀ ਹਾਦਸਾ ਹੋਇਆ। ਤੇ ਵੀਰੇ ਮੇਰਾ ਜ਼ਿਲ੍ਹਾ ਲੁਧਿਆਣਾ ਜੀ, ਤੇ ਵੈਸੇ ਅਸੀਂ ਆਏ ਹੋਏ ਸੀ ਆਪਣੇ ਦੋਸਤ ਕੋਲ ਇੱਥੇ ਜੀ, ਕੋਟ ਸਦਰ ਪਿੰਡ ਆਈ ਬਾਈ ਉਹਨਾਂ ਦਾ ਕੋਟੀ ਸਿੰਘਾਂ ਦੇ ਨਾਲ, ਤੇ ਅਸੀਂ ਵੀਰੇ ਇੱਧਰੋਂ ਆ ਰਹੇ ਸੀਗੇ ਜੀ, ਮਤਲਬ ਇੱਥੇ ਆ ਕੇ ਜੋ ਨਾ ਗੱਡੀਆਂ ਸਲੋ ਹੋਈਆਂ ਸਾਰੀਆਂ, ਤਾਂ ਪਿੱਛੋਂ ਦੀ ਗੱਡੀ ਆਈ ਹੈ ਜੀ ਇੱਕ ਸਕਾਰਪੀਓ, ਤੇ ਉਹ ਮਤਲਬ ਇੰਨੀ ਜ਼ਿਆਦਾ ਜ਼ੋਰ ਨਾਲ ਹਿੱਟ ਹੋਈ ਹੈ ਜੀ, ਉਹਨੇ ਮਤਲਬ 4 ਗੱਡੀਆਂ ਜਮ੍ਹਾਂ ਖਤਮ ਹੀ ਕਰਤੀਆਂ ਜੀ। 3 ਗੱਡੀਆਂ ਸੀ ਅੱਗੇ, ਮਤਲਬ ਕਿ ਸਾਡੀ ਗੱਡੀ ਬਿਲਕੁਲ ਹੀ ਟੋਟਲ ਲੋਸ ਹੋ ਗਈ, ਤੁਸੀਂ ਦੇਖੀ ਹੋਈ ਆ, ਤੇ ਬਾਕੀ 2 ਮੁੰਡੇ ਜੀ ਆਪਣੇ ਜਿਨ੍ਹਾਂ ਦੇ ਜ਼ਿਆਦਾ ਸੱਟ ਲੱਗੀ ਹੈ ਜੀ, ਬਾਕੀ ਫਿਲਹਾਲ ਅਜੇ ਠੀਕ ਨੇ, ਤੇ ਗੱਡੀਆਂ ਬਿਲਕੁਲ ਟੋਟਲ ਲੋਸ ਨੇ ਜੀ। ਤੇ ਉਹ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਗੱਡੀ ਹਿੱਟ ਕੀਤੀ ਹੈ ਜੀ ਪਿੱਛੋਂ, ਤੇ ਮੌਕੇ ਤੇ ਜਿੰਨੇ ਕੁ ਬੰਦੇ ਸੀ ਉਹਨਾਂ ਨੇ ਇਹ ਵੀ ਦੱਸਿਆ ਵੀ ਉਹ ਬੰਦਿਆਂ ਦੀ ਡਰਿੰਕ ਕੀਤੀ ਹੋਈ ਸੀਗੀ ਜੀ, ਮਤਲਬ ਕਿ ਬਹੁਤ ਜ਼ਿਆਦਾ ਜ਼ੋਰ ਨਾਲ ਗੱਡੀ ਹਿੱਟ ਹੋਈ ਹੈ। ਇੱਥੇ ਮੌਕੇ ਤੇ ਜਿੰਨੇ ਕੁ ਬੰਦੇ ਮੌਜੂਦ ਸੀ, ਜੋ ਅਸੀਂ ਨਿਕਲੇ ਬਾਹਰ ਉਹਨਾਂ ਨੇ ਦੇਖਿਆ, ਤੇ ਉਹ ਬੰਦਿਆਂ ਨੇ ਫਿਰ ਭੱਜਣ ਦੀ ਕੋਸ਼ਿਸ਼ ਵੀ ਕੀਤੀ ਹੈ ਜੀ, ਤੇ ਉਹ ਮੌਕੇ ਤੇ ਫਿਰ ਫੜ ਫੁੜ ਲੈ ਗਏ। ਵੀਰੇ ਮੈਨੂੰ ਇਹ ਨਹੀਂ ਪਤਾ ਵੀ ਬੰਦੇ ਕਿੰਨੇ ਸੀ, ਕਿਉਂਕਿ ਮੈਂ ਨਾਲ ਦੀ ਨਾਲ ਆਪਣੇ ਜਿਹੜੇ ਨਾਲ ਦੇ ਮੁੰਡੇ ਸੀ ਉਹਨਾਂ ਨੂੰ ਕੱਢ ਕੇ ਹੌਸਪੀਟਲ ਲੈ ਕੇ ਜਾਣਾ ਸੀ, ਤੇ ਮੈਂ ਉੱਧਰ ਨਿਕਲ ਗਿਆ, ਤੇ ਬਾਕੀ ਤਾਂ ਹੁਣ ਆ ਕੇ ਪਤਾ ਲੱਗਿਆ ਜੀ ਗੱਲ। ਬਾਕੀ ਹੁਣ ਦੇਖੋ ਸਾਡੇ ਪਹਿਲੀ ਤਾਂ ਗੱਲ ਇਹ ਹੈ ਜੀ ਵੀ ਚਲੋ ਜਿਹੜਾ ਨੁਕਸਾਨ ਹੋਇਆ ਉਹ ਤਾਂ ਜੋ ਹੋਊਗਾ ਕੋਰਟ ਦੇ ਅਕੋਰਡਿੰਗਲੀ ਜਾਂ ਲਾਅ ਦੇ ਅਕੋਰਡਿੰਗਲੀ ਬਣਦਾ ਉਹ ਹੋਊਗਾ ਜੀ, ਤੇ ਬਾਕੀ ਮੇਨ ਗੱਲ ਤਾਂ ਇਹ ਆ ਵੀ ਸਾਡੇ ਜਿਹੜੇ ਮੁੰਡੇ ਨੇ ਉਹ ਠੀਕ ਹੋ ਜਾਣ, ਪਹਿਲੀ ਗੱਲ ਤਾਂ ਇਹ ਆ ਵੀ ਸਾਰੇ ਜੇ ਸਿਹਤ ਜਾਂ ਵਧੀਆ ਹੁਣ, ਪਹਿਲੀ ਤਾਂ ਗੱਲ ਹੈ ਜੀ। ਬਾਕੀ ਜਿਹੜੇ ਬੰਦੇ ਮਤਲਬ ਦੋਸ਼ੀ ਨੇ ਤੇ ਉਹਦਾ ਦੋਸ਼ੀ ਨੇ, ਤੇ ਉਹਨਾਂ ਦਾ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ਼ ਕੀਤੀ ਜਾਵੇ ਜੀ। ਟੋਟਲ ਕਿੰਨੇ ਕੁ ਜ਼ਖਮੀ? ਟੋਟਲ ਵੀਰੇ ਜ਼ਖਮੀ ਆ ਸਾਡੀ ਗੱਡੀ ਦੇ ਵਿੱਚ ਤਾਂ ਅਸੀਂ 5 ਜਣੇ ਸੀਗੇ, 5 ਚੋਂ ਮੈਂ ਸਾਰਿਆਂ ਤੋਂ ਠੀਕ ਸੀਗਾ, ਮਤਲਬ ਬਾਕੀ ਸਾਡੇ 3 ਜਣਿਆਂ ਦੇ ਥੋੜ੍ਹੇ ਜ਼ਿਆਦਾ ਸੀਗੀਆਂ, ਤੇ ਮੈਂ ਸੀ ਮੁੰਡਾ ਨਾਲ ਸੀ ਮੇਰਾ, ਅਸੀਂ ਮਤਲਬ ਮੈਂ ਠੀਕ ਸੀ, ਤੇ ਇਹ ਥੋੜ੍ਹਾ ਮਤਲਬ ਜਿਹੜੇ ਸਹੀ ਸੀਗੇ। ਹਾਰਡ ਪਿਸਤਲਾਂ ਦੀ ਉਹਨਾਂ ਦੀ ਵੀਰੇ 2 ਜਣਿਆਂ ਦੇ ਸਰ ਜਿਹੜੀ ਸੱਟ ਹੈ ਉਹ ਸਿਰ 'ਚ ਹੈ, ਤੇ ਬਾਕੀ ਉਹਨਾਂ ਦੀ ਸਕੈਨ ਵਗੈਰਾ ਹੋਊਗੀ ਤੇ ਉਹ ਤੋਂ ਬਾਅਦ ਪਤਾ ਲੱਗੂਗਾ, ਜਿਵੇਂ ਬਾਕੀ ਡਾਕਟਰ ਨਾਲ ਕਰਕੇ ਗੱਲ ਉਹ ਦੱਸਣਗੇ ਜੀ, ਤੇ ਬਾਕੀ ਉਹਨਾਂ ਦੇ ਉਹ ਜ਼ਿਆਦਾ ਕੌਨਸ਼ੀਅਸ ਨੇ ਜੀ ਬੰਦੇ ਸਾਡੇ। ਅਸੀਂ ਜੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਆਏ ਸੀਗੇ, ਅਸੀਂ ਪਰਿਵਾਰ ਦੇ 6 ਜੀ ਸੀ, 2 ਬੱਚੇ ਸੀ, 4 ਅਸੀਂ ਵੱਡੇ ਸੀਗੇ। ਜਦੋਂ ਅਸੀਂ ਇੱਥੇ ਮੋੜ 'ਤੇ ਆਏ ਤਾਂ ਸਾਡੇ ਮਗਰੋਂ ਇੱਕ ਗੱਡੀ ਦਾੜ ਦੇਣੇ ਆ ਕੇ ਵੱਜੀ, ਉਹ ਬੁੜਕ ਕੇ ਹੋ ਦੂਰ ਜਾ ਗਈ, ਉਹ ਕਿਉਂਕਿ ਉਹਦੇ ਵਿੱਚ ਮਗਰੋਂ ਸਕਾਰਪੀਓ ਗੱਡੀ ਵੱਜੀ, ਜਿਹੜੇ ਬੰਦੇ ਦਰੁਸਤ ਨਹੀਂ ਸੀ, ਲੱਗਦਾ ਵੀ ਉਹਨਾਂ ਦਾ ਨਸ਼ਾ ਪੱਤਰ, ਇੱਕੋ ਹੀ ਬੰਦਾ ਸੀ ਉਹ ਚਲਾਉਂਦਾ ਸੀ, ਉਹਦਾ ਛਕਿਆ ਹੋਇਆ ਸੀ, ਅਤੇ ਸਾਡੀ ਗੱਡੀ ਉਹ ਜਦੋਂ ਗੱਡੀ ਵਿਚਾਲਿਓ ਨਿਕਲ ਕੇ ਦੂਰ ਵੱਜੀ, ਉਹਨਾਂ ਦੇ ਸੱਟਾਂ ਹੀ ਵਾਹਵਾ ਵੱਜੀਆਂ, ਭੰਨ ਕੇ ਗੱਡੀ ਕੱਢਿਆ ਉਹ। ਸਾਡੀ ਗੱਡੀ ਡਿੱਗੀ ਹੋਣ ਡਿੱਗੀ ਵਾਲੀ ਸੀ ਈਟੋਜ, ਇਸ ਕਰਕੇ ਉਹਦੀ ਪਹਿਲਾਂ ਡਿੱਗੀ ਟੁੱਟੀ, ਸਾਡੇ ਬੱਚੇ ਮਗਰ ਸੀਗੇ, ਕੁਦਰਤੀ ਤੌਰ 'ਤੇ ਪਰਮਾਤਮਾ ਦੇ ਸ਼ੁਕਰ ਨਾਲ ਸਾਡੇ ਬੱਚਿਆਂ ਦੇ ਸੱਟ ਨਹੀਂ ਲੱਗੀ, ਮੇਰੀ ਮਿਸਿਜ ਦੇ ਕੁਛ ਝਰੀਟਾਂ ਆਈਆਂ, ਪਰ ਵੱਡੀ ਮੇਜਰ ਸੱਟ ਤੋਂ ਅਸੀਂ ਬਚ ਗਏ। ਕੀ ਕਾਰਨ ਆ ਜੀ ਵਾਪਰਨ ਦਾ? ਕਿਉਂਕਿ ਹੁਣ ਅੱਜ ਤਾਂ ਧੁੰਦ ਵੀ ਨਹੀਂ ਸੀ, ਦਿਨ ਸਾਫ਼ ਸੀ, ਮੂਹਰੇ ਗੱਡੀਆਂ ਖੜੀਆਂ ਸੀ, ਸਾਡੇ ਮੂਹਰੇ ਬਲੈਨੋ ਗੱਡੀ ਖੜੀ ਸੀ, ਉਦੋਂ ਮੂਹਰੇ ਪੁਲਿਸ ਦੀ ਖੜੀ ਸੀ,
ਇੱਕ ਦੂਜੇ 'ਚ ਵੱਜ ਵੱਜ ਤਿੰਨ ਚਾਰ ਤਾਂ ਹੀ ਵੱਜੀਆਂ ਉਹ ਗੱਡੀਆਂ ਦਾ ਮੂਹਰੇ ਬੰਪਰ ਵਗੈਰਾ ਮਾੜਾ ਮੋਟੇ ਬਿੰਗ ਪਏ ਉਹ ਲੈ ਗਏ ਆਪਣੀਆਂ ਗੱਡੀਆਂ ਅਤੇ ਸਾਡੀਆਂ ਸਾਡੀ ਗੱਡੀ ਖਤਮ ਹੋਈ ਸਾਤੋਂ ਜਿਹੜੀ ਸਾਡੇ ਵਿੱਚ ਵੱਜੀ ਉਹ ਵੀ ਖਤਮ ਜਿਹਨੇ ਵਿੱਚ ਮਾਰੀ ਆ ਕੇ ਉਹਦਾ ਵੀ ਨੁਕਸਾਨ ਥੋੜ੍ਹਾ ਹੋਇਆ ਉਹ ਵੱਡੀ ਗੱਡੀ ਹੈ ਸਕਾਰਪੀਓ ਹੈਂਜੀ ਅਸੀਂ ਮੰਗ ਕਰਦੇ ਹਾਂ ਵੀ ਜਿਹਦਾ ਨੁਕਸ ਹੈਗਾ ਬੰਦੇ ਦਾ ਉਸ ਹਰਜਾਨਾ ਪਾਇਆ ਜਾਵੇ ਅਤੇ ਉਹਨੂੰ ਸਜ਼ਾ ਦਿੱਤੀ ਜਾਵੇ ਅਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ। ਸਾਨੂੰ ਸੂਚਨਾ ਮਿਲੀ ਅਸੀਂ ਬੁੱਗੀਪੁਰੇ ਚੌਂਕ ਆਏ ਅੰਬਰਸਰ ਰੋਡ 'ਤੇ ਚੌਂ ਗੱਡੀਆਂ ਦਾ ਨੁਕਸਾਨ ਹੋਇਆ ਜਿਹੜਾ ਸਕਾਰਪੀਓ ਦੀ ਵਜ੍ਹਾ ਨਾਲ ਹੋਇਆ ਵਾ। ਦੱਸਿਆ ਜਾ ਰਿਹਾ ਕਿ ਸਕਾਰਪੀਓ ਵਾਲੇ ਡਰਾਈਵਰ ਨੇ ਡਰਿੰਕ ਕੀਤੀ ਹੋਈ ਸੀ ਅਤੇ ਜਿਹੜੇ I-20 ਵਾਲੇ ਆ ਦੋ ਆਪਣੇ ਤਿੰਨ ਬੰਦੇ ਜ਼ਖਮੀ ਹੋਏ ਆ ਜੀ, ਦੋ ਮੈਡੀਸਰੀ ਇੱਕ ਸਿਵਲ ਹੌਸਪੀਟਲ ਦਾਖਲ ਹੋਇਆ। ਹਾਲਤ ਠੀਕ ਹੈ ਜੀ, ਬਾਹਲੀ ਨਹੀਂ ਜੀ, ਸੱਟਾਂ ਜ਼ਰੂਰ ਲੱਗੀਆਂ ਉਹਨਾਂ ਦੇ। ਸਕਾਰਪੀਓ ਡਰਾਈਵਰ ਫੜ ਲਿਆ ਜੀ? ਨਹੀਂ ਸਰ, ਉਹ ਭੱਜ ਗਿਆ ਜੀ, ਗੱਡੀ ਛੱਡ ਕੇ ਭੱਜ ਗਿਆ।